ਅੰਮ੍ਰਿਤਸਰ ਦੇ ਅੰਦਰੂਨੀ ਸ਼ਹਿਰ ਦੇ ਵਿੱਚ ਅਸੀਂ ਉਸ ਜਗ੍ਹਾ ਤੇ ਸਥਿਤ ਆ ਜਿਸ ਮੰਜੇ ਦਾ ਗਿਨੀਜ਼ ਵਰਲਡ ਰਿਕਾਰਡ ਦੇ ਵਿੱਚ ਨਾਮ ਦਰਜ ਹੈ। 16x12 ਦਾ ਮੰਜਾ ਤੇ ਕਈ ਲੋਕ ਇਸ ਜਗ੍ਹਾ ਤੇ ਆ ਕੇ ਹਰ ਰੋਜ਼ ਆਪਣਾ ਕਈ ਜਿਹੜਾ ਸਮਾਂ ਆਪਣਾ ਬਿਤਾ ਕੇ ਜਾਂਦੇ ਆ। ਚੁਣਾਵਾਂ ਦੇ ਦਿਨਾਂ ਦੇ ਵਿੱਚ ਇਸ ਜਗ੍ਹਾ ਤੇ ਜ਼ਿਆਦਾਤਰ ਲੋਕ ਚੁਣਾਵੀ ਗੱਲਾਂ ਕਰਦੇ ਜ਼ਰੂਰ ਨਜ਼ਰ ਆਉਂਦੇ ਆ। ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦੀ ਭੀੜ, ਭਾਵੇਂ ਉਹ ਇਸ ਜਗ੍ਹਾ ਤੇ ਰਹਿੰਦੇ ਆ ਜਾਂ ਫਿਰ ਇਸ ਜਗ੍ਹਾ ਤੋਂ ਥੋੜ੍ਹੇ ਦੂਰ ਰਹਿੰਦੇ ਆ, ਉਹ ਇਸ ਜਗ੍ਹਾ ਤੇ ਅਕਸਰ ਜਿਹੜੇ ਬੈਠੇ ਜ਼ਰੂਰ ਨਜ਼ਰ ਆਉਂਦੇ ਆ। ਸਾਡੇ ਨਾਲ ਲੋਕ ਮੌਜੂਦ ਹੈ, ਅਸੀਂ ਲੋਕਾਂ ਨਾਲ ਗੱਲ ਕਰਾਂਗੇ। ਇਸ ਦੀ ਖਾਸੀਅਤ ਕੀ ਹੈ ਮੰਜੇ ਦੀ, ਕਿਉਂਕਿ 75 ਤੋਂ ਉੱਪਰ ਸਾਲ ਹੋ ਗਏ ਇਸ ਮੰਜੇ ਨੂੰ ਬਣੇ ਹੋਏ, ਸੋ ਕਈ ਵਾਰ ਇਸ ਮੰਜੇ ਨੂੰ ਦੁਬਾਰਾ ਤੋਂ ਵੀ ਬਣਾਇਆ ਗਿਆ, ਸੋ ਲੋਕ ਸਾਡੇ ਨਾਲ ਮੌਜੂਦ ਹੈ। ਭਾਜੀ, ਮੰਜੇ ਦਾ ਗਿਨੀਜ਼ ਵਰਲਡ ਰਿਕਾਰਡ ਦੇ ਵਿੱਚ ਨਾਮ ਦਰਜ ਹੈ, 75 ਸਾਲ ਤੋਂ ਉੱਪਰ ਹੋ ਗਏ ਆ, ਕੀ ਕਹਿਣਾ ਚਾਹੋਗੇ, ਕਿਹੋ ਜਿਹਾ ਸਕੂਨ ਮਹਿਸੂਸ ਹੋ ਰਿਹਾ ਇੱਥੇ ਬਹਿ ਕੇ? ਦੇਖੋ, ਗੁਰੂ ਨਗਰੀ ਅੰਮ੍ਰਿਤਸਰ ਦਾ ਇਹ ਟੈਲੀਫੋਨ ਐਕਸਚੇਂਜ ਏਰੀਆ ਜਿਹੜਾ ਹਵੇਲੀ ਰੂਟ ਸਿੰਘ ਏਰੀਆ ਵੀ ਇਹਨੂੰ ਕਿਹਾ ਜਾਂਦਾ, ਉੱਥੇ ਸਥਿਤ ਇੱਕ ਬਹੁਤ ਵੱਡਾ ਮੰਜਾ ਜਿਹਨੂੰ ਅੰਗਰੇਜ਼ੀ ਦੇ ਵਿੱਚ ਕੋਟ ਕਹਿੰਦੇ ਆ, ਹਿੰਦੀ 'ਚ ਚਾਰਪਾਈ ਵੀ ਕਹਿ ਦਿੰਦੇ ਆ, ਔਰ ਇੰਨੀ ਵੱਡੀ ਤਾਦਾਦ ਦੇ ਵਿੱਚ ਇੱਥੇ ਲੋਕਾਂ ਦਾ ਇਕੱਠ ਹੋਣਾ, ਜਿਹਦੀ ਪੁਰਾਣੀ ਲੰਬਾਈ ਔਰ ਚੜਾਈ 20x16 ਸੀ, ਨਵੀਂ ਉਹਨੂੰ ਥੋੜ੍ਹਾ ਘਟਾ ਕੇ 16x12 ਕਰ ਦਿੱਤਾ ਗਿਆ, ਔਰ ਇਸ ਦੇ ਉੱਤੇ ਤਕਰੀਬਨ 45 ਤੋਂ 50 ਬੰਦੇ ਐਟ ਅ ਟਾਈਮ ਬੈਠ ਸਕਦੇ ਆ। ਬਹੁਤ ਵੱਡਾ ਮੰਜਾ ਔਰ ਨਿਸ਼ਾਨਦੇਹੀ ਕਰਦਾ ਆ ਕਿ ਸਾਡੇ ਬਜ਼ੁਰਗਾਂ ਦੀ ਕਿੰਨੀ ਕਿੰਗ ਸਾਈਜ਼ ਲਾਈਫ ਹੁੰਦੀ ਸੀ, ਉਹਨਾਂ ਦੀ ਆਈਡੀਓਲੋਜੀ ਕਿੰਨੀ ਵੱਡੀ ਹੁੰਦੀ ਸੀ। ਉਹ ਸੋਚਦੇ ਸੀ ਕਿ ਲੋਕ ਵੱਖ ਵੱਖ ਧੜੇ ਬਣਾ ਕੇ ਜਦੋਂ ਬੈਠਦੇ ਆ, ਜੋ ਇੱਕ ਜਗ੍ਹਾ ਇਕੱਠੇ ਹੋ ਕੇ ਸਾਰੇ ਯੂਨਿਟੀ ਦੇ ਨਾਲ ਬੈਠਿਆ ਕਰਨਗੇ, ਚੰਗੀਆਂ ਵਿਚਾਰਾਂ ਕਰਿਆ ਕਰਨਗੇ, ਔਰ ਉਹਨਾਂ ਦੀ ਇਹ ਵੀ ਸੋਚ ਸੀ ਕਿ ਜਿੱਥੇ ਲੋਕ ਇਕੱਠੇ ਬੈਠਿਆ ਕਰਨਗੇ ਉੱਥੇ ਸਮਾਜ ਦੇ ਭਲੇ ਦੀਆਂ ਗੱਲਾਂ ਕਰਨਗੇ, ਔਰ ਪ੍ਰਜਾਪਤ ਬਰਾਦਰੀ ਵੱਲੋਂ ਇਨੀਸ਼ੀਏਸ਼ਨ ਇਹਦੀ ਲਈ ਗਈ ਸੀ, ਔਰ ਕਰੀਬ 1963 ਦੇ ਵਿੱਚ ਮੰਜਾ ਬਣਾਇਆ ਗਿਆ ਸੀ। ਬਣਾਉਣ ਵਾਲਿਆਂ ਦੇ ਵਿੱਚ ਮੋਹਨ ਰਾਜਾ, ਕਨਈਆ ਸਿੰਘ, ਭਗਵਾਨ ਸਿੰਘ, ਇੰਦਰ ਪਹਿਲਵਾਨ ਔਰ ਨਦਾ ਰਾਮ ਪਹਿਲਵਾਨ, ਕਿੰਦਰ ਪਹਿਲਵਾਨ, ਇਹਨਾਂ ਲੋਕਾਂ ਨੇ ਇਹ ਖਾਟ ਚਾਰਪਾਈ ਮੰਜਾ ਬਣਾਇਆ, ਕੋਟ ਬਣਾਇਆ, ਜਿਹਦਾ ਅੱਜ ਵੀ ਫਾਇਦਾ ਇਸਤਫਾਦਾ ਆਮ ਲੋਕ ਲੈ ਰਹੇ ਆ। ਕੋਈ ਵੀ ਸ਼ਹਿਰ ਦਾ ਵਾਸੀ ਇੱਥੇ ਆ ਕੇ ਬੈਠ ਸਕਦਾ, ਔਰ ਇੱਥੋਂ ਦੀਆਂ ਸ਼ਰਤਾਂ ਤਾਂ ਇਹ ਨੇ ਕਿ ਕੋਈ ਵੀ ਵਿਅਕਤੀ ਇੱਥੇ ਸ਼ਰਾਬ ਨਹੀਂ ਪੀਏਗਾ, ਕੋਈ ਜੂਆ ਨਹੀਂ ਖੇਡੇਗਾ, ਕੋਈ ਤੰਬਾਕੂ ਨੋਸ਼ੀ ਨਹੀਂ ਕਰੇਗਾ, ਬੜੇ ਅੱਛੇ ਤਰੀਕੇ ਦੇ ਨਾਲ ਚਾਹੇ ਖਾਏ ਪੀਏ, ਚਾਹੇ ਇੱਥੇ ਆਰਾਮ ਕਰੇ, ਆਪਣੀ ਥਕਾਵਟ ਦੂਰ ਕਰੇ, ਔਰ ਸਾਂਝੇ ਤੌਰ ਤਰੀਕੇ ਦੇ ਨਾਲ ਹਰ ਧਰਮ ਦਾ ਬੰਦਾ, ਹਰ ਤਬਕੇ ਦਾ ਬੰਦਾ, ਕੋਈ ਅਮੀਰ ਬੰਦਾ ਹੋਵੇ, ਕੋਈ ਗਰੀਬ ਹੋਵੇ, ਦਿਹਾੜੀਦਾਰ ਹੋਵੇ, ਉਹ ਇੱਥੇ ਆ ਕੇ ਬੈਠ ਸਕਦਾ। ਇੱਥੇ ਸ਼ੈੱਡ ਵੀ ਲੱਗਾ ਆ ਔਰ ਪੱਖਾ ਵੀ ਲੱਗਾ ਆ, ਔਰ ਇਸ ਮੰਜੇ ਦਾ ਗਿਨੀਜ਼ ਵਰਲਡ ਰਿਕਾਰਡ ਬੁੱਕ ਦੇ ਵਿੱਚ ਵੀ ਨਾਮ ਦਰਜ ਹੈਗਾ। ਸੋ ਪੂਰਾ ਨੈਸ਼ਨਲੀ ਔਰ ਇੰਟਰਨੈਸ਼ਨਲੀ ਇਹ ਮੰਜੇ ਦੀ ਬਹੁਤ ਵੱਡੀ ਮਕਬੂਲੀਅਤ ਆ, ਔਰ ਮਿਊਜ਼ੀਅਮ ਦੇ ਵਿੱਚ ਵੀ ਇਹ ਮੰਜੇ ਦੀ ਤਸਵੀਰਾਂ ਲਗਾਈਆਂ ਗਈਆਂ, ਸੁਸ਼ੋਭਿਤ ਨੇ ਬਹੁਤ ਸਾਰੀਆਂ ਨੈਸ਼ਨਲ ਇੰਟਰਨੈਸ਼ਨਲ ਮੂਵੀਜ਼ ਦੇ ਵਿੱਚ ਇਹ ਮੰਜਾ ਉਹਦਾ ਜ਼ਿਕਰ ਹੋਇਆ। ਸੋ ਬੜਾ ਪ੍ਰੋਮੀਨੈਂਟ ਔਰ ਬੜਾ ਹੀ ਸਾਡੇ ਵਿਰਾਸਤ, ਕਲਚਰ, ਸਕਾਫਤ, ਹੈਰੀਟੇਜ ਨੂੰ ਬਿਆਨ ਕਰਦਾ ਇਹ ਮੰਜਾ। ਕੀ ਲੱਗਦਾ ਕਿ ਸਾਰੇ ਧਰਮਾਂ ਨੂੰ ਇਹ ਮੰਜਾ ਜੋੜਦਾ ਵਾ ਪਿਛਲੇ 75 ਸਾਲਾਂ ਤੋਂ? ਬਿਲਕੁਲ ਜੋੜਦਾ ਹੈ, ਮੈਂ ਉਹੀ ਅਰਜ਼ ਕੀਤਾ ਕਿ ਸਾਡੀ ਕਲਚਰ ਨੂੰ, ਸਾਡੀ ਵਿਰਾਸਤ ਨੂੰ, ਸੱਭਿਆਚਾਰ ਨੂੰ ਦਰਸਾਉਣ ਵਾਲਾ ਇਹ ਮੰਜਾ ਆ, ਸਾਡੇ ਪੰਜਾਬੀਆਂ ਦੀ, ਗੁਰੂ ਨਗਰੀ ਅੰਮ੍ਰਿਤਸਰ ਦੀ ਇੱਕ ਜੁੜਤਾ ਨੂੰ, ਉਹਨਾਂ ਦੀ ਸ਼ਾਨ ਵਧਾਉਣ ਵਾਲਾ ਮੰਜਾ ਆ। ਇਹੀ ਕਾਰਨ ਬਣਿਆ ਕਿ ਤੁਸੀਂ ਵੀ ਇੱਥੇ ਆਇਓ ਔਰ ਇਸ ਨੂੰ ਕਵਰ ਕਰ ਰਹੇ ਹੋ, ਨੈਸ਼ਨਲ ਇੰਟਰਨੈਸ਼ਨਲ ਮੀਡੀਅਮ ਦੇ ਉੱਤੇ ਆਲਰੇਡੀ ਇਹ ਮੰਜਾ ਗਿਆ। ਸੋ ਬੜਾ ਪ੍ਰੋਮੀਨੈਂਟ ਆ, ਇੱਥੇ ਆਪ ਹੀ ਇਹਨੂੰ ਲੋਕ ਰਿਪੇਅਰ ਕਰਦੇ ਆ, ਥੋੜੇ ਥੋੜੇ ਪੈਸੇ ਇਕੱਠੇ ਕਰਕੇ ਇਹਨੂੰ, ਉਸ ਤੋਂ ਬਾਅਦ ਕਲੈਕਸ਼ਨ ਕਰਕੇ ਇਹਨੂੰ ਮਿਊਚੁਅਲੀ ਰਿਪੇਅਰ ਕੀਤਾ ਜਾਂਦਾ। ਹੁਣ ਸਾਲ ਦੇ ਵਿੱਚ ਕਰੀਬ 2 ਵਾਰ ਇਹ ਮੰਜੇ ਨੂੰ ਰਿਪੇਅਰ ਕੀਤਾ ਜਾਂਦਾ, ਔਰ ਜੂਟ ਦਾ ਬਣਾਇਆ ਗਿਆ ਮੰਜਾ ਆ, ਬੜਾ ਨੈਚੁਰਲ ਤਰੀਕੇ ਦੇ ਨਾਲ ਬਣਾਇਆ ਗਿਆ ਮੰਜਾ, ਇਹਦੇ ਮਜ਼ਬੂਤ ਪਾਵੇ, ਔਰ ਲੱਕੜ ਵੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਮਜ਼ਬੂਤ ਆ, ਕਿੰਨੇ ਕਿੰਗ ਸਾਈਡ, ਕਿੰਨੇ ਕਲਾਸੀਕਲ ਇਹਦੇ ਪਾਵੇ ਆ, ਕਿੰਨੇ ਚੌੜੇ ਆ, ਔਰ ਕਿੰਨੀ ਮਜ਼ਬੂਤ ਲੱਕੜ
ਇਸ ਦੇ ਵਿੱਚ ਇਸਤੇਮਾਲ ਦੇ ਵਿੱਚ ਲੈਂਦੀ ਗਈ ਹੈ। ਸੋ ਸਾਡੇ ਨਾਲ ਬਜ਼ੁਰਗ ਵੀ ਮੌਜੂਦ ਹੈ। ਪਾਪਾ ਜੀ ਕਿੰਨੀ ਦੇਰ ਹੋ ਗਈ ਤੁਹਾਨੂੰ ਇਸ ਮੰਜੇ ਤੇ ਬਹਿੰਦੇ ਹੋਏ ਤੇ ਕੀ ਕਹਿਣਾ ਚਾਹੋਗੇ? ਦੇਖੋ 65 ਸਾਲ ਦਾ ਤੇ ਮੈਂ ਹੋ ਗਿਆ, ਉਸ ਤੋਂ ਪਹਿਲਾਂ ਦਾ ਮੰਜਾ ਆਇਆ ਹੈ, 70 ਸਾਲ ਦਾ ਤੇ ਹੋਏਗਾ ਜੀ। ਸਾਡੇ ਵੱਡੇ ਬਜ਼ੁਰਗਾਂ ਨੇ, ਪਹਿਲਵਾਨਾਂ ਨੇ, ਉਹਨਾਂ ਨੇ ਮੰਜਾ ਤਿਆਰ ਕੀਤਾ ਹੈ। ਲਾਸਟ ਵਾਰੀ ਕਦੋਂ ਬਣਿਆ ਸੀ ਮੰਜਾ ਤੇ ਹੁਣ ਦੁਬਾਰਾ ਫੇਰ ਟੁੱਟਦਾ ਪਿਆ ਵਾ? 5-4 ਮਹੀਨੇ ਹੋਏ ਇਹਨੂੰ ਬਣਿਆ ਨੂੰ, ਇਹ ਹੁਣ ਮਹੀਨਾ ਠਹਿਰ ਕੇ ਫੇਰ ਬਣ ਜਾਣਾ, ਬਰਸਾਤਾਂ ਖਤਮ ਹੋਈਆਂ ਤੇ। ਕਿਵੇਂ ਬਣਾਉਂਦੇ ਇਹ? ਵਾਂਦਾ ਹੀ ਨਹੀਂ, ਮਤਲਬ ਪੈਸੇ ਕੌਣ ਬਣਾਉਂਦਾ? ਇੱਕੋ ਜਣਾ ਬਣਾਉਂਦਾ? ਨਹੀਂ ਜੀ ਨਹੀਂ, ਇਹ ਆਪਣਾ ਕੋਈ 100 ਦੇ ਗਿਆ, ਕੋਈ 50 ਦੇ ਗਿਆ, ਕੋਈ 10, ਕੋਈ 20, ਜਿੰਨੀ ਜਿੰਨੀ ਕਿਸੇ ਸਮਰਥਾ ਹੋਵੇ, ਜਿੰਨੀ ਜਿੰਨੀ ਕਿਸੇ ਸਮਰਥਾ ਹੋਵੇ, ਵੀ ਇਹਨੇ 100 ਦੇਣੇ, ਇਹਨੇ 200 ਦੇਣੇ, 50 ਦੇਣੇ, 10 ਦੇਣੇ ਹੈ, ਉਹ ਫਿਰ 5-6 ਹਜ਼ਾਰ ਰੁਪਇਆ ਇਕੱਠਾ ਹੋ ਜਾਂਦਾ ਵਾ। 3 ਹਜ਼ਾਰ ਰੁਪਏ ਇਹਦਾ ਬਣਾਉਣ ਵਾਲਾ ਲੈ ਜਾਂਦਾ ਜੀ, 3 ਹਜ਼ਾਰ ਰੁਪਇਆ ਬਣਾਉਣ ਵਾਲਾ ਲੈ ਜਾਂਦਾ, ਬਾਕੀ 5-6 ਹਜ਼ਾਰ ਦਾ ਵਾਣ ਲੱਗ ਜਾਂਦਾ। ਪਾਪਾ ਜੀ ਤੁਹਾਨੂੰ ਕਿੰਨੀ ਦੇਰ ਹੋ ਗਈ ਇੱਥੇ ਬਹਿੰਦੇ? ਸਾਨੂੰ ਇੰਨਾ ਚਿਰ ਕੁਛ ਨਹੀਂ ਹੋ ਪਤਾ, ਹੋ ਗਏ 50-60 ਸਾਲ ਦਾ। ਚੋਣਾਂ ਦੇ ਦਿਨਾਂ 'ਚ ਚੁਣਾਵੀ ਗੱਲਾਂ ਕਰਦੇ ਇੱਥੇ? ਹਾਂਜੀ, ਹਰਿਆਣੇ ਦੇ ਚੁਣਾਵ ਹੀ ਹੈ। ਕਿੰਨਾ ਸਮਾਂ ਇੱਥੇ ਮੰਜੇ ਤੇ ਬਿਤਾ ਕੇ ਜਾਂਦੇ ਹੋ? ਅਸੀਂ ਸਵੇਰੇ ਇੱਥੇ 5 ਵਜੇ ਆਏ ਨੇ ਜੀ, 6-7 ਵਜੇ ਤੱਕ ਇੱਥੇ ਬਹਿਣਾ ਮੇਰਾ। ਘਰ ਕਿੱਥੇ ਬਹਿਣਾ? ਇੱਥੇ ਘਰ ਰੋਟੀ ਪਾਣੀ ਖਾ ਕੇ ਫਿਰ ਇੱਥੇ ਟਾਈਮ ਪਾਸ ਹੋ ਜਾਂਦਾ, ਕੋਈ ਆ ਰਿਹਾ, ਕੋਈ ਜਾ ਰਿਹਾ, ਕੋਈ ਜਾ ਰਿਹਾ, ਕੋਈ ਜਾ ਰਿਹਾ, ਫਿਰ ਏਦਾਂ ਹੀ ਕੰਮ ਚੱਲਦਾ ਰਹਿੰਦਾ। ਕੋਈ ਇੰਟਰਵਿਊ ਲੈਣ ਆ ਜਾਂਦਾ, ਕੋਈ ਫੋਟੋਆਂ ਖਿੱਚਣ ਆ ਜਾਂਦਾ ਵਾ, ਕੋਈ ਦੱਸਾਂ ਹਾਲ ਚਾਲ ਪੁੱਛਣ ਆਉਂਦਾ, ਕੋਈ ਆਰਾਮ ਕਰਦਾ ਇੱਥੇ ਬੈਠ ਕੇ, ਪੱਖੇ ਚੱਲਦੇ ਪਏ ਥੱਲੇ, ਕੋਈ ਲੰਮੇ ਪੈ ਜਾਂਦਾ ਆਣ ਕੇ ਆਰਾਮ ਕਰਦਾ। ਸੋ ਬਿਲਕੁਲ ਪੱਖੇ ਵੀ ਇਸ ਜਗ੍ਹਾ ਤੇ ਲਗਾਏ ਗਏ, 3 ਪੱਖੇ ਲਗਾਏ ਗਏ ਆ, ਤਾਂ ਕਿ ਗਰਮੀਆਂ ਦੇ ਦਿਨਾਂ 'ਚ ਲੋਕਾਂ ਨੂੰ ਇਸ ਜਗ੍ਹਾ ਤੇ ਗਰਮੀ ਨਾ ਮਹਿਸੂਸ ਹੋਏ, ਕਿਉਂਕਿ ਕਾਫੀ ਦੇਰ ਤੋਂ ਜਿਵੇਂ ਕਿ ਬਜ਼ੁਰਗਾਂ ਨੇ ਦੱਸਿਆ ਕਿ 65 ਸਾਲ ਉਹਨਾਂ ਦੀ ਉਮਰ ਹੈ, ਤਕਰੀਬ ਜਦੋਂ ਦਾ ਉਹਨਾਂ ਦਾ ਜਨਮ ਹੋਇਆ ਵਾ, ਉਸ ਤੋਂ ਬਾਅਦ ਜਿਵੇਂ ਹੀ ਉਹਨਾਂ ਨੇ ਹੋਸ਼ ਸੰਭਾਲੀ ਹੈ, ਇਸ ਮੰਜੇ ਤੇ ਆ ਕੇ ਬਹਿੰਦੇ ਆ, ਤੇ ਅੱਜ ਵੀ ਉਹ ਇਸੇ ਮੰਜੇ ਤੇ ਬੈਠ ਰਹੇ ਆ, ਤੇ ਗਿਨੀਜ਼ ਵਰਲਡ ਰਿਕਾਰਡ ਦੇ ਵਿੱਚ ਵੀ ਇਸ ਮੰਜੇ ਦਾ ਨਾਮ ਦਰਜ ਹੈ, ਤੇ ਚੋਣਾਂ ਦੇ ਦਿਨਾਂ ਦੇ ਵਿੱਚ ਚੁਣਾਵੀ ਗੱਲਾਂ ਵੀ ਇਸ ਮੰਜੇ ਤੇ ਬਹਿ ਕੇ ਹੀ ਕੀਤੀਆਂ ਜਾਂਦੀਆਂ ਨੇ।